ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਚੱਲ ਰਹੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੱਡਰੀਆਂ ਵਾਲੇ ਨੂੰ ਅਕਾਲ ਤਖਬ ਸਾਹਿਬ ਤੇ ਪੇਸ਼ ਹੋਣ ਲਈ ਚਿੱਠੀ ਲਿਖੀ ਗਈ ਸੀ ਜਿਸ ਤੇ ਟੱਡਰੀਆਂ ਵਾਲਿਆਂ ਵੱਲੋਂ ਅਕਾਲ ਤਖਬ ਸਾਹਿਬ ਅਤੇ ਜਥੇਦਾਰਾਂ ਅੱਗੇ ਪੇਸ਼ ਨਾ ਹੋਣ ਦਾ ਸਿੱਧਾ ਚੈਲੰਜ ਕੀਤਾ ਗਿਆ ਰਣਜੀਤ ਸਿੰਘ ਟੱਡਰੀਆਂ ਵਾਲੇ ਨੇ ਇਹ ਵੀ ਕਿਹਾ ਕਿ ਮੈਂ ਪ੍ਰਚਾਰ ਛੱਡ ਦੇਵਾਂਗਾ ਪਰ ਅਖੌਤੀ ਜਥੇਦਾਰਾਂ ਅੱਗੇ ਪੇਸ਼ ਨਹੀਂ ਹੋਵਾਂਗਾ ਉਹਨਾਂ ਦੇ ਇਸ ਬਿਆਨ ਨੂੰ ਹੁਣ ਅਕਾਲ ਤਖਬ ਸਾਹਿਬ ਤੋਂ ਸਿੱਧੇ ਤੌਰ ਤੇ ਬਾਗੀ ਹੋਣਾ ਸਮਝਿਆ ਜਾ ਰਿਹਾ ਹੈ ਇਸ ਸਬੰਧੀ ਜਦੋਂ ਪੰਥਕ ਫਰੰਟ ਪੰਜਾਬ ਦੇ ਕਨਵੀਨਰ ਅਤੇ ਸਾਬਕਾ ਜਰਨਲ ਸਕੱਤਰ ਸ਼ਰਮਣੀ ਗੁਰਦ ਪੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਣਜੀਤ ਸਿੰਘ ਟੰਡਰੀਆਂ ਵਾਲੇ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਸਾਫ਼ ਕਰਨਾ ਚਾਹੀਦਾ ਹੈ ਟੰਡਰੀਆਂ ਵਾਲੇ ਵੱਲੋਂ ਅਕਾਲ ਤਖਤ ਸਾਹਿਬ ਤੇ ਪੇਸ਼ ਨਾ ਹੋਣ ਬਾਰੇ ਜਥੇਦਾਰ ਪੌਰ ਨੇ ਕਿਹਾ ਹੈ ਕਿ ਪਿਛਲੇ ਸਮਿਆਂ ਵਿੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਇੱਥੇ ਬਿਰਾਜਮਾਨ ਜਥੇਦਾਰਾਂ ਵੱਲੋਂ ਕਾਣ ਕੀਤਾ ਗਿਆ ਅਤੇ ਕਈ ਵਾਰ ਪੱਖਪਾਤੀ ਫੈਸਲੇ ਲੈਣ ਨਾਲ ਸਿੱਖ ਕੌਮ ਵਿੱਚ ਜਥੇਦਾਰਾਂ ਪ੍ਰਤੀ ਵਿਸ਼ਵਾਸ ਉੱਠ ਗਿਆ ਹੈ ਉਹਨਾਂ ਕਿਹਾ ਕਿ ਅਕਾਲ ਤਖਤ ਸਮੁੱਚੀ ਸਿੱਖ ਕੌਮ ਦੀ ਸਰਮੌਰ ਸੰਸਥਾ ਹੈ ਨਾ ਕਿ ਕਿਸੇ ਦੀ ਨਿੱਜੀ ਜਾਗੀਰ ਇਥੋਂ ਕੌਮ ਦੇ ਸਾਂਝੇ ਮਸਲੇ ਨਿਰਪੱਖ ਤਾਂ ਨਾਲ ਹੱਲ ਕਰਨੇ ਚਾਹੀਦੇ ਹਨ ਨਾ ਕਿ ਕਿਸੇ ਇੱਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਦੇ ਹੱਥ ਵਿੱਚ ਹੋਣ ਸਰਬਾਧੇ ਭਲੇ ਲਈ ਕੀਤੇ ਫੈਸਲੇ ਹੀ ਸਰਵ ਪ੍ਰਵਾਨਿਤ ਹੋਣਗੇ ਪਰ ਸੌਦਾ ਸਾਦ ਨੂੰ ਮਾਫੀ ਦੇਣੀ ਪਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਟਾਲਾ-ਵਟਣਾ ਜਿਸ ਦੀ ਪ੍ਰੋੜਤਾ ਜਥੇਦਾਰਾਂ ਦੇ ਅਖਬਾਰੀ ਬਿਆਨਾਂ ਟੀਵੀ ਚੈਨਲਾਂ ਨੂੰ ਦਿੱਤੀਆਂ ਇੰਟਰਵਿਊਜ਼ ਅੱਜ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤੇ ਬਿਆਨ ਤਾਂ ਸੱਚ ਨੂੰ ਪ੍ਰਗਟ ਕਰਦੇ ਹਨ ਪਰ ਇਸ ਸਬੰਧੀ ਅਕਾਲ ਤਖਤ ਸਾਹਿਬ ਵੱਲੋਂ ਨਬਾਇ ਨਕਾਰਾਤਮਕ ਰੋਲ ਕਰਨ ਸਿੱਖੋਂ ਵਿੱਚ ਪਾਰੀ ਖਸਾ ਹੈ ਅਤੇ ਇਸੇ ਕਾਰਨ ਅਕਾਲ ਤਖਤ ਸਾਹਿਬ ਦੀ ਪ੍ਰੋਸੈਸ ਯੋਗਤਾ ਸਵਾਲਾਂ ਦੇ ਕੇਰੇ ਵਿੱਚ ਆਉਂਦੀ ਹੈ। ਉਹਨਾਂ ਅੱਗੇ ਕਿਹਾ ਹੈ ਕਿ ਰਣਜੀਤ ਸਿੰਘ ਟੱਡਰੀਆਂ ਵਾਲਾ ਤੇ ਹੋਏ ਜਾਨਲੇਵਾ ਹਮਲੇ ਜਿਸ ਦੌਰਾਨ ਉਹਨਾਂ ਦਾ ਸਾਥੀ ਭਪਿੰਦਰ ਪਾਲ ਸਿੰਘ ਗੋਲੀ ਲੱਗਣ ਕਰਕੇ ਮਾਰਿਆ ਗਿਆ ਸੀ ਅਤੇ ਟੱਡਰੀਆਂ ਵਾਲੇ ਨੂੰ ਦੂਰ ਤੱਕ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਸੀ। ਇਸ ਬਾਰੇ ਵੀ ਇਕਾਲਤਖ ਸਾਹਿਬ ਦੇ ਜਥੇਦਾਰਾਂ ਵੱਲੋਂ ਕੋਈ ਸਟੈਂਡ ਨਾ ਲੈਣ ਕਾਰਨ ਉਹਨਾਂ ਵਿੱਚ ਕਾਫੀ ਰੋਸ ਹੈ ਇਸੇ ਲਈ ਉਹ ਸਮਝਦੇ ਹਨ ਕਿ ਉਹਨਾਂ ਨੂੰ ਇਨ੍ਹਾਂ ਜਥੇਦਾਰਾਂ ਤੋਂ ਕਿਸੇ ਇਨਸਾਫ਼ ਦੀ ਉਮੀਦ ਨਹੀਂ ਸਗੋਂ ਉਹਨਾਂ ਨੂੰ ਜਾਂ ਤਾਂ ਜਥੇਦਾਰਾਂ ਕੋਲੋਂ ਮਾਫੀ ਮੰਗਣ ਲਈ ਜ਼ੋਰ ਪਾਇਆ ਜਾਵੇਗਾ ਤੇ ਨਹੀਂ ਤਾਂ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇਗਾ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ